ਅੱਜ ਤੱਕ ਹਿਸਟਰੀ 'ਚ ਨਹੀਂ ਇੱਦਾਂ ਹੋਇਆ ਕਿ ਇੱਕ ਲਿਸਟ ਤੋਂ ਬਾਅਦ ਸਰਕਾਰ ਨੇ ਘੰਟੇ ਬਾਅਦ ਹੀ ਲਿਸਟ ਬਦਲਤੀ ਹੋਵੇ। ਪੰਜਾਬ ਦੇ ਵਿੱਚ ਸਰਪੰਚੀ ਇਲੈਕਸ਼ਨ ਨੂੰ ਲੈ ਕੇ ਜਦੋਂ ਦਾ ਬੁਗਲ ਵਜਾ ਹੈ ਉਦੋਂ ਤੋਂ ਹੀ ਹਲਚਲਾਂ ਜਿਹੜੀਆਂ ਸ਼ੁਰੂ ਹੋ ਗਈਆਂ ਹੈ। ਦੱਸ ਦਈਏ ਕਿ ਪਿੰਡਾਂ ਦੇ ਵਿੱਚ ਲੋਕ ਜਿਹੜੇ ਨੇ ਇੱਕ ਸੱਤਾ ਥੱਲੇ ਵੀ ਇਕੱਠੇ ਹੋਣ ਲੱਗ ਪਏ ਨੇ ਔਰ ਸਰਬਸੰਮਤੀ ਸਰਪੰਚਾਂ ਨੂੰ ਲੈ ਕੇ ਲਿਸਟਾਂ ਵੀ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ। ਸਰਪੰਚ ਬਣਨ ਨੂੰ ਵੀ ਲੈ ਕੇ ਲਿਸਟਾਂ ਬਲਾਕਾਂ ਦੇ ਵਿੱਚ ਲੱਗ ਚੁੱਕੀਆਂ ਨੇ। ਉਸੇ ਤਰੀਕੇ ਨਾਲ ਅੱਜ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪਿੰਡ ਗੰਡੀ ਪਿੰਡ ਪਹੁੰਚੇ ਹਾਂ ਜਿੱਥੇ ਬਲਾਕ ਦੇ ਵਿੱਚ ਇੱਕ ਪ੍ਰੋਬਲਮ ਆਈ ਹੈ ਕਿ ਉਹਨਾਂ ਦਾ ਕਹਿਣਾ ਕਿ ਜਿਹੜੀ ਲਿਸਟ ਹੈ ਉਸ ਨੂੰ ਬਦਲ ਦਿੱਤਾ ਗਿਆ। ਇਹ ਸਾਰੇ ਜਿਹੜੇ ਇੱਥੋਂ ਦੇ ਮੋਹਤਬਾਰ ਵਿਅਕਤੀ ਔਰ ਸਾਰੇ ਅਲੱਗ ਅਲੱਗ ਪਿੰਡਾਂ ਤੋਂ ਬੰਦੇ ਜਿਹੜੇ ਨੇ ਇੱਥੇ ਇਕੱਠੇ ਹੋਏ ਨੇ ਔਰ ਇੱਥੋਂ ਦੇ ਪ੍ਰਸ਼ਾਸਨ ਖਿਲਾਫ਼ ਔਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਆ। ਸ਼ੁਰੂਆਤੀ ਕਰ ਲੈਂਦੇ ਹਾਂ ਕਿ ਲਿਸਟਾਂ ਦਾ ਇਹਨਾਂ ਦਾ ਕਹਿਣਾ ਕਿ ਚੇਂਜ ਜਿਹੜੀਆਂ ਨੇ ਕੀਤੀਆਂ ਗਈਆਂ ਨੇ। ਕਰਨਪੁਰ ਜੀ ਸਾਡੇ ਨਾਲ, ਕੀ ਸਾਰਾ ਮਾਮਲਾ ਹੋਇਆ, ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਾ ਔਰ ਕਿੱਦਾਂ ਲਿਸਟ ਜਿਹੜੀ ਚੇਂਜ ਹੋਈ? ਮੇਰਾ ਨਾਮ ਕਰਨਪੁਰ ਜੀ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੀ ਕਿ ਕੱਲ੍ਹ ਹੀ ਚੋਣ ਜਾਬਤਾ ਲੱਗਦਾ ਹੈਗਾ ਜੀ ਡੀ ਸੀ ਸਾਹਿਬ ਦੇ ਹਿਸਾਬ ਨਾਲ। ਸਵੇਰੇ ਦੇਖੋ 27 ਤਰੀਕ ਅੱਜ ਤੋਂ ਨਾਮ ਜ਼ਬਤੀ ਦੇ ਦਿਨ ਸ਼ੁਰੂ ਹੋ ਗਿਆ ਸੀਗਾ, ਲੇਕਿਨ ਇਹਨਾਂ ਨੇ ਕੱਲ੍ਹ ਰਾਤ ਤੱਕ ਇਹਨਾਂ ਨੇ ਕੋਈ ਲਿਸਟ ਨਹੀਂ ਜਾਰੀ ਕੀਤੀ ਵੀ ਕਿਹੜਾ ਪਿੰਡ ਰਿਜ਼ਰਵ ਹੈ, ਕਿਹੜਾ ਪਿੰਡ ਜਨਰਲ ਹੈਗਾ। ਅੱਜ ਹੁਣ ਕਿਹੜੇ ਬੰਦੇ ਕਿਹੜੇ ਕਿੱਦਾਂ ਜਾ ਕੇ ਤੁਸੀਂ ਕਾਗਜ਼ ਭਰ ਸਕਦੇ ਹੋ? ਅੱਜ 27 ਤਰੀਕ ਹੈ ਜੀ, ਇਸ ਲਈ ਸਵੇਰੇ ਇੱਕ ਲਿਸਟ ਜਾਰੀ ਹੁੰਦੀ ਹੈ ਜੋ ਡੀ ਸੀ ਸਾਹਿਬ ਔਥੋਰਾਈਜ਼ ਕਰਦੇ ਨੇ, ਸਾਈਨਡ ਆਉਂਦੀ ਹੈਗੀ ਹੈ ਲਿਸਟ, ਜਿਹਦੇ ਵਿੱਚ ਦੱਸਿਆ ਗਿਆ ਕਿ ਕਿਹੜੇ ਪਿੰਡ ਰਿਜ਼ਰਵ ਅਤੇ ਕਿਹੜੇ ਜਨਰਲ ਨੇ। ਹੁਣ ਸਵੇਰੇ ਉਹ ਲਿਸਟ ਆ ਗਈ, ਹੁਣ ਘੰਟਾ ਕੁ ਪਹਿਲੇ ਪਤਾ ਲੱਗਿਆ ਕਿ ਗੰਡੀਵਿੰਡ ਬਲੋਕ ਦੇ ਅੰਦਰ ਕੁਛ ਪਿੰਡਾਂ ਦੀ ਜਿਹੜੇ ਜਨਰਲ ਸੀ ਉਹਨਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ ਅਤੇ ਜਿਹੜੇ ਰਿਜ਼ਰਵ ਸੀਗੇ ਉਹ ਜਨਰਲ ਕਰ ਦਿੱਤੇ ਗਏ ਨੇ। ਇਹ ਅੱਜ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਜਦੋਂ ਚੋਣ ਜਾਬਤਾ ਲੱਗ ਜਾਂਦਾ, ਚੋਣ ਜਾਬਤੇ ਦੇ ਵਿੱਚ MLA ਦੀ ਪਾਵਰਸ ਖਤਮ ਹੋ ਜਾਂਦੀਆਂ ਗੀ, ਇਹ ਫਿਰ ਕਿੱਦਾਂ ਤੁਸੀਂ ਦੇਖੋ ਕਿੰਨੀ ਇਹਨਾਂ ਦੀ ਰਲੀ ਮੁਲੀ ਭੁਗਤੇ ਗਈ ਹੈ ਕਿ ਰਲ ਮਿਲ ਕੇ ਇਹਨਾਂ ਨੇ ਇੱਕ ਨਵੀਂ ਲਿਸਟ ਜਾਰੀ ਕਰ ਦਿੱਤੀ ਹੈ ਜੋ ਕਿ ਬਿਨਾਂ DC ਸਾਹਿਬ ਦੇ ਸਾਈਨ ਵੀ ਨਹੀਂ ਹੋਈ ਲਿਸਟ, ਅਤੇ ਇਹਨਾਂ ਨੇ ਪਿੰਡ ਸਾਰੇ ਚੇਂਜ ਕਰ ਦਿੱਤੇ ਆ। ਇਸਦਾ ਮਤਲਬ ਇਹ ਮੋਟੀ ਧਾਂਦਲੀ ਕੀਤੀ ਗਈ ਹੈ ਇਹਨਾਂ ਨੇ, ਜਿਹੜੇ ਇਹਨਾਂ ਦੇ ਬੰਦੇ ਹੋਣਗੇ ਇਹਨਾਂ ਨੂੰ ਕੋਈ ਸ਼ਕਵਾ ਹੋਊਗਾ ਕਿ ਅਸੀਂ ਜਿੱਤਦੇ ਹਾਂ ਹਾਰਦੇ ਹਾਂ, ਇਹਨਾਂ ਨੇ ਉਸ ਹਿਸਾਬ ਨਾਲ ਆਪਣੇ ਪਿੰਡ ਚੇਂਜ ਕਰ ਦਿੱਤੇ ਗਏ ਹੈਗੇ ਆ। ਇਹ ਬਿਲਕੁਲ ਹੀ ਲਿਸਟ ਮਤਲਬ ਨਾ ਇਹਨੂੰ ਅਸੀਂ ਨਹੀਂ ਮੰਨਾਂਗੇ, ਇਹਨੂੰ ਜੇ ਹਾਈਕੋਰਟ ਜਾਣਾ ਪਿਆ ਅਸੀਂ ਕੋਰਟ ਵੀ ਜਾਵਾਂਗੇ, ਤੇ ਇਹ ਧਾਂਦਲੀਬਾਜ਼ੀ ਨੂੰ ਅਸੀਂ ਉਜਾਗਰ ਕਰਕੇ ਅਫਸਰ ਨਾਲ ਕੋਈ ਗੱਲਬਾਤ, ਜਿਵੇਂ ਕੋਈ ਅੰਦਰ ਮੌਜੂਦ ਹੋਣ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ, ਕੀ ਕਹਿੰਦੇ? ਹਾਂਜੀ, ਹੁਣ ਬਲੋਕ ਵਾਲਿਆਂ ਨਾਲ ਗੱਲ ਹੋਈ ਸੀਗੀ ਜੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਤੁਹਾਡੀ ਸਾਈਨ ਨਹੀਂ ਹੈਗੀ, ਕਹਿੰਦੇ ਥੱਲੇ SD ਲਿਖਵਾ, ਇਹਨੂੰ ਸਾਈਨ ਹੀ ਸਮਝੋ, ਅਤੇ ਇਹੀ ਹੁਣ ਫਾਈਨਲ ਹੈ। ਅਤੇ ਮੈਂ ਕਿਹਾ ਜਿਹੜੀ ਸਵੇਰੇ DC ਸਾਹਿਬ ਨੇ ਭੇਜੀ ਸੀਗੀ, ਕਹਿੰਦੇ ਨਹੀਂ ਉਹ ਨਹੀਂ, ਹੁਣ ਇਹ ਨਵੀਂ ਆ ਗਈ ਹੈ ਲਿਸਟ, ਇਹ ਬਣੀ ਜਾਊ। ਬਿਲਕੁਲ, ਉਸ ਤਰੀਕੇ ਦੇ ਨਾਲ ਲੋਕ ਵੀ ਜਿਹੜੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੇ, ਹੋਰ ਵੀ ਇੱਕ ਪਿੰਡ ਤੋਂ। ਕਿਹੜੇ ਪਿੰਡ ਤੋਂ ਤੁਸੀਂ ਆਏ ਹੋ ਔਰ ਕੀ ਮਾਮਲਾ ਹੈ? ਮੇਰਾ ਨਾਮ ਜਗਮੀਤ ਸਿੰਘ ਹੈ, ਮੈਂ 6 ਪਿੰਡ ਤੋਂ ਹਾਂ ਜੀ, ਮੈਂ ਸਰਪੰਚੀ ਦਾ ਉਮੀਦਵਾਰ ਹਾਂ ਉਹ ਪਿੰਡ ਤੋਂ। ਅਤੇ ਸਾਡੇ ਨਾਲ ਵੀ ਇਹੋ ਹੀ ਜੋ ਇਹਨਾਂ ਨੇ ਭਾਅ ਜੀ ਇਹਨਾਂ ਨੇ ਦੱਸਿਆ ਵਾ, ਅਤੇ ਲਿਸਟ ਜਿਹੜੀ ਸਵੇਰੇ ਲੱਗੀ ਉਹਦੇ 'ਚ ਸਾਡਾ ਯਰਨ ਵਾਲਿਆ ਪਿੰਡ, ਆਹ ਜਿਹੜੀ ਬਾਅਦ 'ਚ ਬਿਨਾਂ ਸਿਗਨੇਚਰ ਤੋਂ ਲਿਸਟ ਲਾਈ ਆ ਉਹਦੇ 'ਚ ਰਿਜ਼ਰਵ ਕਰਤਾ ਇਹਨਾਂ ਨੇ, ਜਿਹੜਾ ਕਿ ਸ਼ਰੇਆਮ ਤੱਕ ਅਸੀਂ ਖੁਦ ਆਮ ਆਦਮੀ ਪਾਰਟੀ ਦੇ ਵਰਕਰ ਹਾਂ। ਅੱਛਾ ਜੀ, ਅਸੀਂ ਪਿੰਡ ਨੇ, ਸਾਡੇ ਪਿੰਡ ਨੇ ਇੱਕ ਤਰਫੀ ਵੋਟ ਪਾਈ ਡਾਕਟਰ ਸੋਹਲ ਨੂੰ, ਸਾਡਾ ਪਰਿਵਾਰ ਉਹਦੇ ਨਾਲ ਤੁਰਿਆ ਵਾ, ਮੇਰਾ ਚਾਚਾ ਮਲਕੀਤ ਸਿੰਘ ਉਹਦੇ ਨਾਲ ਤੁਰਿਆ, ਹੋਰ ਇੱਕ ਬਾਊ ਫੌਜੀ ਸਾਡੇ ਨਾਲ ਤੁਰੇ ਆ। ਮੈਨੂੰ ਤੁਹਾਡੀ ਗੱਲ ਕੋਈ ਹੋਈ ਇਹਦੇ ਬਾਰੇ? ਕਾਹਦੀ ਗੱਲ ਆ ਜਿਹੜਾ ਸਾਨੂੰ ਆਉਂਦਾ ਕਿ ਤੁਹਾਨੂੰ ਸਰਪੰਚ ਹੀ ਨਹੀਂ ਬਣ ਦੇਣਾ? ਸਾਡੀ ਕਾਹਦੀ ਗੱਲ ਆ? ਅਸੀਂ ਤਾਂ ਭਗਵੰਤ ਮਾਨ ਦੀ ਸੋਚ ਨੂੰ ਆਉਂਦੇ ਹਾਂ, ਸਹੀ ਆ, ਪਰ ਇਹੋ ਜਿਹੇ MLA ਨੂੰ ਯਾਰ ਸਮਝਾਉਣਾ ਚਾਹੀਦਾ, ਉਹ ਤੋਂ ਕਾਰਵਾਈ ਹੋਣੀ ਚਾਹੀਦੀ ਆ ਕਿ ਜਿਹੜਾ ਇੰਨਾ ਧੱਕਾ ਕਰ ਰਿਹਾ, ਭਾਵੇਂ ਮੈਂ ਆਮ ਆਦਮੀ ਭਾਵੇਂ ਕਾਂਗਰਸੀ ਕੁਝ ਵੀ ਆ, ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਕਿਉਂਕਿ ਲੋਕਤੰਤਰ ਆ। ਕਿਸ ਤਰ੍ਹਾਂ ਦੇਖਦੇ ਹੋ ਪਾਰਟੀਆਂ 'ਚ ਵੀ ਇਹ ਚੀਜ਼ਾਂ ਚੱਲਣ ਲੱਗ ਪਈਆਂ? ਭਾਅ ਜੀ, ਅੱਜ ਤੱਕ ਹਿਸਟਰੀ ਦੇ ਵਿੱਚ ਮੈਂ ਤੁਹਾਨੂੰ ਕਹਿੰਦਾ ਜ਼ਿਆਦਾ ਦੇਸ਼ ਆਜ਼ਾਦ ਹੋਇਆ ਅੱਜ ਤੱਕ ਇੱਦਾਂ ਨਹੀਂ ਹੋਇਆ ਹੋਊਗਾ। ਇਹ ਪਹਿਲੀ ਪਾਰਟੀ ਹੈ ਜਿਹੜੀ ਕਹਿੰਦੀ ਸੀ ਬਦਲਾਅ ਦੀ ਸਰਕਾਰ ਹੈ, ਵਾਕਈ ਹੈ ਤਾਂ ਬਦਲਾਅ ਨਵੇਂ ਨਵੇਂ ਲਿਆਤੇ ਇਹਨਾਂ ਨੇ। ਇਹ ਟੋਟਲ
ਮਤਲਬ ਆਮ ਆਦਮੀ ਪਾਰਟੀ ਪਾਰਟੀ ਦਾ ਫੇਲੀਅਰ ਹੈ ਜਿਹਨੂੰ ਮੈਂ ਕਹਿੰਦਾ ਹਾਂ। ਇੱਕ ਮਜ਼ਾਕ ਸਮਝਿਆ ਹੋਇਆ ਤੁਸੀਂ ਇਹ ਦੇਖੋ ਆਪਣਾ ਚੰਡੀਗੜ੍ਹ ਲੈਜਿਸਲੇਟਿਵ ਅਸੈਂਬਲੀ ਜਿਹੜੀ ਹੈਗੀ ਹੈ ਉਹਦੇ ਵਿੱਚ ਕਿੱਥੇ ਨੀਵੀਂ ਤੱਕ ਤੂੰ ਤਣੈਕ ਤੱਕ ਅੱਖਾਂ ਘੂਰ ਅੱਖਾਂ 'ਚ ਦੇਖ ਇਹਦਾ ਸਥਰ ਕਿੱਥੇ ਤੱਕ ਚਲਾ ਗਿਆ ਹੈਗਾ। ਅਤੇ ਹੁਣ ਆਮ ਆਦਮੀ ਨੇ ਵੇਖੋ ਇੰਨਾ ਮਜ਼ਾਕ ਬਣਾ ਤਾ ਹੈਗਾ ਕਿ ਇੱਕ ਇਲੈਕਟੋਰੀਅਲ ਪੋਲ ਜੋ ਲੋਕ ਆਪਣੀ ਵੋਟ ਪਾ ਪਾ ਕੇ ਮਨਾਉਂਦੇ ਨੇ ਡੈਮੋਕ੍ਰੇਟਿਕ ਕੰਟਰੀ ਦੇ ਅੰਦਰ, ਦੇਖੋ ਕਿੰਨਾ ਧੱਕਾ ਅਤੇ ਧਾਂਦਲੇਬਾਜ਼ੀ ਇਹ ਕਰ ਰਿਹਾ ਕਿ ਸਵੇਰੇ ਪਹਿਲੇ DC ਇੱਕ ਲਿਸਟ ਜਾਰੀ ਕਰਦਾ ਅਤੇ ਉਸ ਤੋਂ ਬਾਅਦ ਇੱਕ ਦੂਸਰੀ ਲਿਸਟ ਜਾਰੀ ਕਰ ਦਿੰਦੇ। ਬਿਲਕੁਲ ਗੱਲ ਕਰ ਲਈ, ਜਿਵੇਂ ਆਮ ਆਦਮੀ ਪਾਰਟੀ ਵਾਲੇ ਵੀ ਖੜ੍ਹੇ ਨੇ ਅਲੱਗ ਅਲੱਗ ਪਾਰਟੀਆਂ ਤੋਂ, ਲੋਕ ਜਿਹੜੇ ਨੇ ਲੰਬੇ ਸਮੇਂ ਤੋਂ ਜਿਹੜੀ ਕਰ ਰਹੇ ਸੀ, ਵੇਟ ਕਰ ਰਹੇ ਸੀ ਕਿ 5 ਸਾਲ ਸਰਕਾਰ ਬਦਲੂਗੀ, ਸਰਪੰਚੀ ਇਲੈਕਸ਼ਨ ਆਊਗੀ, ਉਸ ਨੂੰ ਕਿਸ ਤਰ੍ਹਾਂ ਦੇਖਦੇ? ਜਿਹੜੀ ਪੰਚਾਇਤ ਇਲੈਕਸ਼ਨ ਹੈ ਜੀ, ਇਹ ਕਦੀ ਵੀ ਪਾਰਟੀ ਨਾਲ ਨਹੀਂ ਲੜੀ ਜਾਂਦੀ, ਇਹ ਹਮੇਸ਼ਾ ਪਿੰਡ ਦੀ ਸੋਚ ਨਾਲ ਲੜੀ ਜਾਂਦੀ ਆ। ਜਿਹੜਾ ਪਿੰਡ ਦੇ ਵਿੱਚ ਕੋਈ ਚੰਗੇ ਕੰਮ ਕਰਦਾ ਉਹਨੂੰ ਪਬਲਿਕ ਅੱਗੇ ਲਿਆਉਂਦੀ ਆ, ਜਿਹੜਾ ਕੋਈ ਮਾੜੇ ਕੰਮ ਕਰਦਾ ਉਹਨੂੰ ਪਿੱਛੇ ਕਰ ਦਿੰਦੀ ਆ। ਇਹ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਲੜੀ ਜਾਂਦੀ ਆ, ਪਰ ਇਸ ਵਾਰ ਜੋ ਧੱਕੇਸ਼ਾਹੀ ਗੰਡੀਵਿੰਡ ਬਲਾਕ ਦੇ ਵਿੱਚ ਹੋ ਰਹੀ ਆ ਇਹ ਅਸਹਿਣ ਆ, ਇਹ ਸਹਿਣ ਕਰਨ ਦੇ ਯੋਗ ਨਹੀਂ ਆ। ਪਹਿਲੀ ਗੱਲ ਤਾਂ ਭਗਵੰਤ ਮਾਨ ਦਾ ਫੇਲੀਅਰ ਹੈ, ਉਹ ਬਿਲਕੁਲ ਫੇਲ ਹੋ ਚੁੱਕਾ ਕਿ ਇਲੈਕਸ਼ਨ ਦਾ ਇਹ ਸਹੀ ਟਾਈਮ ਹੀ ਨਹੀਂ, ਇਲੈਕਸ਼ਨ ਹੋਣੀ ਆ ਜ਼ਿਮੀਂਦਾਰ ਦੀ ਅਤੇ ਪਬਲਿਕ ਗਰੀਬ ਜਨਤਾ ਦੀ, ਜਿਹੜੇ ਕਿ ਇਸ ਵੇਲੇ ਮੰਡੀਆਂ 'ਚ ਰੁੱਝੇ ਹੋਏ ਆ, ਝੋਨੇ ਦਾ ਸੀਜ਼ਨ ਆ। ਦੂਜਾ, ਸਾਡੇ ਇਸ ਇਲਾਕੇ ਦੇ ਧਾਰਮਿਕ ਅਸਥਾਨ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਚੱਲਣਾ, ਉਹ ਮੇਲੇ ਦੇ ਵਿੱਚ ਲੋਕ ਨਸ਼ਾ ਰਹਿਤ ਹੁੰਦੇ ਆ, ਇਹਨਾਂ ਨੇ ਲੋਕਾਂ ਨੂੰ ਨਸ਼ੇ ਵੱਲ ਜਾਣ ਬੁੱਝ ਕੇ ਧੱਕਿਆ ਕਿ ਉਹਨਾਂ ਦਿਨਾਂ 'ਚ ਲੋਕ ਨਸ਼ੇ ਪੀਣ, ਲੜਾਈਆਂ ਕਰਨ, ਝਗੜੇ ਕਰਨ, ਤਾਂ ਕਿ ਇਹ ਜਿਹੜਾ ਸਮਾਂ ਇਹਨਾਂ ਨੇ ਬਿਲਕੁਲ ਗਲਤ ਚੁਣਿਆ। ਲੋਕ ਆਪਣੀ ਫਸਲ ਵੱਢਣਗੇ, ਗਰੀਬ ਆਦਮੀ ਦਿਹਾੜੀ ਕਰੂਗਾ ਜਾਂ ਪੱਲੇਦਾਰੀ ਕਰੂਗਾ ਜਾਂ ਵੋਟ ਪਾਊਗਾ, ਇਹਨਾਂ ਲੋਕਾਂ ਨੂੰ ਗਲਤ ਬੰਨੇ ਪਾ ਦਿੱਤਾ, ਕਿਉਂਕਿ ਇਹਨਾਂ ਤੋਂ ਝੋਨਾ ਚੁੱਕਿਆ ਨਹੀਂ ਜਾਣਾ। ਇਹਨਾਂ ਨੇ ਆਖਿਆ ਵੀ ਇਹਨਾਂ ਨੂੰ ਵੋਟਾਂ ਦੇ ਵਿੱਚ ਉਲਝਾ ਦਿੱਤਾ ਜਾਵੇ ਤਾਂ ਜੋ ਇਹ ਮੁੜ ਕੇ ਝੋਨਾ ਨਾ ਚੁੱਕਣ ਦੇ ਵਿੱਚ ਸਾਡੇ ਨਾਲ ਮੁਕਾਬਲਾ ਜਾਂ ਐਜੀਟੇਸ਼ਨ ਨਾ ਕਰ ਸਕਣ। ਬਿਲਕੁਲ, ਅਗਲਾ ਸਟੈਪ ਹੁਣ ਆਪਣਾ ਕੀ ਰਹੂਗਾ? ਤੁਸੀਂ ਬਲਾਕ 'ਚ ਆਏ ਹੋ, ਗੱਲਬਾਤ ਤੁਹਾਡੀ ਵੀ ਹੋ ਗਈ ਆ, ਹਾਂਜੀ, ਅਤੇ ਕੀ ਸਟੈਪ ਰਹੂਗਾ ਫਿਰ? ਨੈਕਸਟ ਸਟੈਪ ਜੀ ਸਾਡਾ ਕੋਰਟ ਹੀ ਹੈ ਜੀ, ਹਾਈ ਕੋਰਟ ਰਹੇਗੀ ਜਿੱਥੇ ਅਸੀਂ ਆਪਣੀ ਪਟੀਸ਼ਨ ਪਾਵਾਂਗੇ ਇਹਦੇ ਖਿਲਾਫ ਅਤੇ ਬਕਾਇਦਾ ਰੌਲਾ ਪਾਵਾਂਗੇ ਜੀ। ਬਿਲਕੁਲ, ਤੁਹਾਡਾ ਕੀ ਸਟੈਪ ਜੀ? ਤੁਸੀਂ ਤਾਂ ਪਾਰਟੀ ਦੇ ਵਰਕਰ ਵੀ ਹੋ, ਆਮ ਆਦਮੀ ਪਾਰਟੀ ਨਾਲ ਵੀ ਜੁੜੇ ਹੋ, ਜੇ ਸਾਡੀ ਨਹੀਂ ਸੁਣਵਾਈ ਹੁੰਦੀ ਤਾਂ ਅਸੀਂ ਵੀ ਕੋਈ ਕਾਰਵਾਈ ਕਰਾਂਗੇ ਜੀ ਨਾਲ ਹੀ ਸਾਰੇ। ਬਿਲਕੁਲ, ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ, ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਇਹ ਬਲਾਕ ਗੰਡੀਵਿੰਡ ਦੀ ਤਸਵੀਰ ਹੈ ਜਿੱਥੇ ਲੋਕ ਇੱਥੇ ਪਹੁੰਚੇ ਹੋਏ ਨੇ ਜੇ ਗੱਲਬਾਤ ਕਰਨ ਦੀ ਚਾਹੁੰਦੇ ਨੇ, ਜਿਹੜੇ ਗੱਲਬਾਤ ਕਰਨਾ ਉਹ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਪਿੰਡ ਤੋਂ ਅਲੱਗ ਅਲੱਗ ਪਿੰਡਾਂ ਤੋਂ ਇੱਥੇ ਲੋਕ ਆਏ ਹੋਏ ਨੇ। ਮੇਰਾ ਨਾਮ ਜੀ ਜਗਮੀਤ ਸਿੰਘ, ਮੇਰਾ ਪਿੰਡ ਆ ਜੀ ਠੱਠੀ, ਅਤੇ ਮੈਂ ਉੱਥੋਂ ਸਰਪੰਚੀ ਦਾ ਉਮੀਦਵਾਰ ਹਾਂ। ਸਾਡਾ ਜੋ ਲਿਸਟ ਸਵੇਰੇ ਲੱਗੀ ਸੀ ਉਹ ਜਰਨਲ ਸੀ, ਅਤੇ ਬਾਅਦ 'ਚ ਸਾਨੂੰ ਫੋਨ ਆਇਆ ਗਿਆ ਕਿ ਉੱਥੇ ਲਿਸਟ ਐਸੀ ਲੱਗੀ, ਆ ਕੇ ਵੇਖੀ ਅਸੀਂ ਅਤੇ ਬਿਨਾਂ ਸਿਗਨੇਚਰ ਤੋਂ ਇੱਥੇ ਲਿਸਟ ਲੱਗੀ। ਜਿਹੜੀ ਆਹ ਲਿਸਟ ਮੇਰੇ ਕੋਲ ਆ, ਇਹਦੇ 'ਤੇ DC ਸਾਹਿਬ ਦੇ ਆਪ ਦੇਖੋ ਪੂਰੀ ਪ੍ਰੋਪਰ ਲਿਸਟ ਆ ਨਾ, ਉਹ ਲਾ ਕੇ ਅਤੇ ਇਹਨਾਂ ਨੇ ਦੂਜੀ ਲਿਸਟ ਲਾਤੀ, ਇਹ ਸ਼ਰੇਆਮ ਧੱਕਾ ਵਾ। ਅਸੀਂ ਆਮ ਆਦਮੀ ਪਾਰਟੀ ਦੇ ਹਾਂ, ਸਾਡੇ ਪਰਿਵਾਰ ਨੇ ਜਾਂ ਸਾਰਿਆਂ ਨੇ ਪੂਰੀਆਂ ਵੋਟਾਂ ਪਾਈਆਂ। ਮੇਰਾ ਚਾਚੇ ਦਾ ਪੁੱਤ ਮੇਰਾ ਅੰਗਦ ਦੀਪ ਸਿੰਘ ਸੋਹਲ, ਉਹ ਯੂਥ ਦਾ ਪ੍ਰਧਾਨ ਹੈ ਤਰਨਤਾਰਨ ਜ਼ਿਲ੍ਹੇ ਦਾ, ਉਹਦੇ ਬਾਵਜੂਦ ਵੀ ਸਾਡੇ ਨਾਲ MLA ਸਾਹਿਬ ਇੱਦਾਂ ਕਰਨ ਡਏ ਆ। ਅਸੀਂ ਤਾਂ CM ਸਾਹਿਬ ਨੂੰ ਇਹੋ ਬੇਨਤੀ ਕਰਾਂਗੇ ਕਿ ਜਿਹੜਾ ਕਿ ਨਿਆਂ ਹੋਣਾ ਚਾਹੀਦਾ, ਨਿਰਪੱਖ ਜਿਹਨੂੰ ਲੋਕ ਚੁਣਦੇ ਆ ਉਹਨੂੰ ਫਤਵਾ ਮਿਲਦਾ ਵਾ, ਉਹਨੂੰ ਸਰਪੰਚ ਕਹਿੰਦੇ। MLA ਨਾਲ ਨਹੀਂ ਤੁਹਾਡੀ ਗੱਲ ਕਿ ਸਰਪੰਚੀ ਲੜਨੀ ਹੈ ਜਾਂ ਇਲੈਕਸ਼ਨ ਲੜਨੀ ਹੈ? ਭਾਈ MLA ਨਾਲ ਸਾਡੀ ਗੱਲ ਹੋਈ ਨਹੀਂ, ਅਸੀਂ ਪਿੰਡ 'ਚ ਸਰਪੰਚ, ਸਰਪੰਚ ਤਾਂ ਪਿੰਡ ਦੇ ਲੋਕਾਂ ਨੇ ਬਣਾਉਣਾ, ਉਹਦੇ 'ਚ MLA ਨੂੰ ਅਸੀਂ ਕੀ ਆਖਣਾ ਜਾ ਕੇ ਜਦੋਂ ਪਿੰਡ ਦੇ ਲੋਕ ਆਉਂਦੇ ਆ ਕਿ ਅਸੀਂ ਸਰਪੰਚ ਬਣਾਉਣਾ ਵਾ, ਨਾ ਕੋਈ ਸਾਡੇ ਪਿੰਡ ਦੇ ਵਿੱਚ ਕੋਈ ਧੜੇਬੰਦੀ ਆ।
ਇੱਕੋ ਪਾਰਟੀ ਬਸ ਕੋਈ ਐਂ ਸ਼ਾਂਤੀ, ਸਾਰਾ ਪਿੰਡ ਖੁਸ਼ ਆ, ਉਹਦੇ ਬਾਵਜੂਦ ਵੀ ਆਪਣਾ ਲੜਾਉਣ ਵਾਲੀਆਂ ਗੱਲਾਂ ਹੁੰਦੀਆਂ। ਬਿਨਾਂ ਸਾਈਨਾਂ ਤੋਂ ਨਹੀਂ ਹੈਗੀ ਜੀ, ਜਿਹੜੀ ਸਾਈਨ ਹੈਗੀ ਉਹਦੇ ਉੱਤੇ ਲਿਖਿਆ ਵਾ ਐਸ ਡੀ। ਐਸ ਡੀ ਦਾ ਭਾਵ ਹੁੰਦਾ ਕਿ ਜੋ ਮਾਨਯੋਗ ਡੀ ਸੀ ਵੱਲੋਂ ਓਰੀਜਨਲ ਸਾਈਨ ਜਿਹੜੇ ਉਹਨਾਂ ਕੋਲ ਪਈ ਆ, ਉੱਥੇ ਹੀ ਐਸ ਡੀ ਦੇ ਉੱਤੇ ਲਿਖਿਆ ਹੁੰਦਾ ਕਿ ਸਾਈਨਾਂ ਵਾਲੀ ਮੰਨੀ ਜਾਂਦੀ ਆ ਉਹਨੂੰ, ਉਹੀ ਲਿਸਟ ਹੈਗੀ। ਸਰ ਲੋਕ ਕਹਿ ਰਹੇ ਜੀ ਕੋਈ ਲਿਸਟ ਸਵੇਰੇ ਕੁਝ ਹੋਰ ਲੱਗੀ ਸੀ ਤੇ ਹੁਣ ਕੁਝ ਹੋਰ ਆ ਜੀ? ਹਾਂਜੀ, ਸਾਨੂੰ ਪਹਿਲਾਂ ਲਿਸਟ ਮਿਸ ਉੱਥੋਂ ਸਾਨੂੰ ਜ਼ਿਲ੍ਹੇ ਵੱਲੋਂ ਪ੍ਰਾਪਤ ਹੋਈ ਸੀ, ਉਹਨਾਂ ਵੱਲੋਂ ਇਹ ਦੱਸਿਆ ਗਿਆ ਸੀ ਕਿ ਜਿਹੜੀ ਆ ਸਾਡੇ ਕੋਲ ਗਲਤੀ ਨਾਲ ਦੂਜੀ ਭੇਜੀ ਗਈ ਆ, ਇਹ ਜਿਹੜੀ ਸਹੀ ਆ ਹੁਣ ਭੇਜ ਰਹੇ ਦੁਬਾਰਾ ਹੀ ਤਾਂ। ਸਰ ਉਹ ਉਹਨਾਂ ਦਾ ਰੁਕ ਕਿ ਚੋਣ ਜ਼ਾਬਤੇ ਦੌਰਾਨ ਜਾਂ ਕੁਛ ਕੋਈ ਅਜਿਹਾ ਚੇਂਜ ਹੋ ਨਹੀਂ ਸਕਦੀ, ਬਟ ਫਿਰ ਵੀ ਕੀ ਲੱਗਦਾ ਸਰ? ਪਰ ਸਾਨੂੰ ਉੱਥੋਂ ਹੀ ਦੱਸਿਆ ਗਿਆ ਨਾ ਜੀ, ਹੈੱਡਕੁਆਟਰ ਵੱਲੋਂ ਦੱਸਿਆ ਗਿਆ ਕਿ ਜਿਹੜੀ ਪਹਿਲਾਂ ਭੇਜੀ ਆ ਕਿਤੇ ਮਿਸ ਪ੍ਰਿੰਟਿੰਗ ਸਾਡੇ ਕੋਲ ਜਿਹੜੀ ਗਲਤੀ ਜਿਹੜੀ ਗਲਤ ਲਿਸਟ ਸੀ ਉਹ ਭੇਜੀ ਗਈ ਆ, ਉਹਨੂੰ ਨਾ ਚਸਪਾ ਦੁਬਾਰਾ ਉਹਨਾਂ ਕਿਹਾ ਇਹਨੂੰ ਲਾ ਦਿੱਤਾ ਜਾਵੇ ਅਤੇ ਦੁਬਾਰਾ ਅਸੀਂ ਤੁਹਾਨੂੰ ਭੇਜ ਦਿਓ ਲਾ ਦਿੱਤੇ। ਚੇਂਜਿੰਗ ਕੀ ਕੀਤੀਆਂ ਗਈਆਂ ਉੱਥੇ? ਚੇਂਜਿੰਗ ਤੋਂ ਸਰ ਜਿਹੋ ਜੋ ਉੱਥੋਂ ਲਿਸਟ ਆਈ ਉਹ ਚੇਂਜਿੰਗ ਹੈ ਜੀ, ਹੋਰ ਕੋਈ ਚੇਂਜਿੰਗ ਨਹੀਂ। ਡੀ ਸੀ ਸਾਹਿਬ ਸਹਿਣ ਹੋਏ ਕਿਹਦੇ 'ਚ? ਉਹੀ ਸਾਨੂੰ ਉੱਥੋਂ ਹਦਾਇਤ ਹੋਈ ਨਾ ਜੀ। ਠੀਕ ਹੈ ਜੀ, ਹੈੱਡਕੁਆਟਰ ਤੋਂ ਹਦਾਇਤ ਹੋਈ ਸੀ ਨਾ, ਦੂਸਰੀ ਲਿਸਟ 'ਤੇ ਸਾਈਨ ਨਹੀਂ ਹੈ। ਪਰ ਉਹ ਆਉਂਦਾ ਸਰ ਉਹਨੂੰ ਮੰਨਿਆ, ਉਹ ਹੈੱਡਕੁਆਟਰ ਇਹੋ ਦੱਸਿਆ ਗਿਆ ਜਿੱਥੇ ਐਸ ਡੀ ਲਿਖਿਆ ਨਾ ਉਹਨੂੰ ਸਹੀ ਮੰਨਿਆ ਜਾਂਦਾ। ਠੀਕ ਹੈ। ਔਰ ਅਸੀਂ ਇਸ ਟਾਈਮ ਗੰਡੀਮੈਂਟ ਬਲੌਕ ਦੇ ਵਿੱਚ ਖੜ੍ਹੇ ਹਾਂ, ਜਿਹੜਾ ਕਿ ਅੱਜ ਸਵੇਰੇ ਇੱਕ ਲਿਸਟ ਜਾਰੀ ਹੋਈ ਸੀ, ਜਿਹੜੀ ਮੈਂ ਤੁਹਾਨੂੰ ਵੀਡੀਓ ਨੂੰ ਕਹੂੰਗਾ ਕਿ ਤੁਸੀਂ ਮੀਡੀਆ ਜ਼ਰੂਰ ਵੇਖੋ, ਜਿਹਦੇ 'ਤੇ ਡੀ ਸੀ ਸਾਹਿਬ ਦੇ ਸੈਨ ਆ, ਜਿਹਦੇ 'ਤੇ ਪਿੰਡ ਸਵੇਰੇ ਜਰਨਲ ਸੀ, ਔਰ ਇੱਕ ਘੰਟੇ ਬਾਅਦ ਹੀ ਇੱਕ ਨਵੀਂ ਲਿਸਟ ਜਾਰੀ ਹੋ ਗਈ ਆ, ਜਿਹਦੇ 'ਤੇ ਪਿੰਡ ਜਿਹੜਾ ਉਹ ਫਿਰ ਐਸ ਸੀ ਕਰ ਦਿੱਤਾ ਗਾ। ਬਹੁਤ ਸਾਰੇ ਪਿੰਡ ਇੱਦਾਂ ਦੇ ਆ ਜਿਨ੍ਹਾਂ ਦੇ ਵਿੱਚ ਬਲਾਕ ਦੇ ਵਿੱਚ ਅਲੱਗ ਅਲੱਗ ਪਿੰਡ ਜਿਹੜੇ ਆ ਸਵੇਰੇ ਕੁਛ ਹੋਰ ਸੀ ਹੋਣ ਹੋਰ ਆ। ਅਸੀਂ ਮੰਗ ਇਹੀ ਕਰਦੇ ਹਾਂ ਕਿ ਪਹਿਲੀ ਤਾਂ ਗੱਲ ਇਹ ਆ ਕਿ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਇਹ ਇਲੈਕਸ਼ਨ ਦਾ ਜਿਹੜਾ ਅਨਾਊਂਸ ਹੋਇਆ, ਕਿਉਂਕਿ ਕੱਲ੍ਹ ਪਰਸੋਂ ਇਲੈਕਸ਼ਨ ਅਨਾਊਂਸ ਹੋ ਜਾਂਦੀ ਆ, ਔਰ ਅੱਜ ਕਾਗਜ਼ ਜਮ੍ਹਾਂ ਕਰਾਉਣ ਦੀ ਜਿਹੜੀ ਤਰੀਕ ਆ, ਹੁਣ ਇਹਦੇ ਵਿੱਚ ਇਹ ਨਹੀਂ ਸਮਝ ਲੱਗ ਰਹੀ ਕਿ ਜਨਰਲ ਕੈਟਾਗਰੀ ਕਾਗਜ਼ ਦਾਖਲ ਕਰਾਵੇ ਜਾਂ ਐਸ ਸੀ ਕੈਟਾਗਰੀ ਜਿਹੜੀ ਕਾਗਜ਼ ਦਾਖਲ ਕਰਾਵੇ।